اللهم كن لوليك الحجة ابن الحسن صلواتك عليه وعلى آبائه في هذه الساعة وفي كل ساعة من ساعة الليل والنهار وليا وحافظا وقائدا وناصرا ودليلا وعينا حتى تسكنه وارزق توبا وتمتعه فيها طويلا يا مدبر الامور يا بائش من في القبور يا مجري البحور يا ملين الحديد لداود عليه الصلاة والسلام يا رب الحسين بحق الحسين عليه السلام أدركني مولا اللهم صل على محمد وآل محمد يا تمام موالیاں نے حیدر کرار حلالیہ موالیاں اپنے پیارے بھائیاں مولا رضا بادشاہ دی آمد دی مبارکباد پیش کر ہاں جی دیکھو نا کیڑے خوش نصیب ہیں 1400 سال ہو گئے جتنا عرصہ ہو گیا سرکار دنیا تے آئے تے قوم شیعہ جشن منا کے دنیا نو دس رہی ہے جنہوں نے تسا منے دے ہو رہے جنہوں دے جشن منائے وہ دن وہ توجہ ہے نا جناب یہ خوشی ہے کوئی ذاکری دعوے نہیں ہوں دے خوشیاں منا من دے اپنی طریقے ہوں دے تے خوشیاں تے انہاں دی محبت دی خوشی پھر انہاں دی آمد دی خوشی تو پھر خوشی منا من دا انداز ایسا ہوئے کہ پتہ لگے کہ جنہاں نو منے آئے انہاں دی آمد تے خوش ہونا بھی انہیں چاہیے دنیا دے جتنے فرقے ٹو لیکن توجہ ہے بڑا قدیم حلالی موالی بڑے پیارے چہرے خوش خوش چہرے لوگ اپنے پیروں کو منے دے مننا چاہیے جنہوں نے پیر منی ہوئے بندے منے دے مننا چاہیے ہے نا جی مگر سوائے 12 ربیع الاول دے مسلمان دے کہیں فرقے کولو ایہو جی پیر نہیں جاندا جشن منا سکے بولو نا جڑے چپ کیتی بیٹھے ہو کوئی تو مخبری ہو گئی ہو بھائی اتنے کوئی چنگی سبحان سوائے شیعہ دے دیکھو نا 12 ربیع الاول نو منائیں دے میلاد پاک تے مناؤ منانا چاہیے دے سارے شیعہ سنی منائیں دے تے اے بھی پاک کے مینوں میں کوئی اج دا ذاکر نہیں 50-51 سال نوکری نو ہو گئے اے جڑے بزرگ بیٹھے اے کوئی 25-20 سالاں تو اے میلاد پاک منایا جا رہی ہے اگے پھرا 12 وفاتاں منائیں دے توجہ ہے 12 وفاتاں آزاد آسے ہو کملے ہو اے آن دن انہاں دی آمد دی خوشیاں ہوندیاں ساڈے نال لڑدے ہیں جویں ہن لڑدے چلو مگر انہاں نوں ہن کم از کم سمجھ آ گئی ہے جو علی والے سچے ہیں توجہ ہے بس قصیدے تو میں آدھا پی اس واسطے 2-4 باتاں ہر خوشیاں منائیں دے بازار سجائے وین دے گلیاں
ਜਿਹੜੀਆਂ ਚੋਦੀਆਂ ਕਦੀ ਸਾਫ ਨਹੀਂ ਹੋਈਆਂ, ਉਹਨਾਂ ਗਲੀਆਂ 'ਚ ਬੁਹਾਰੀਆਂ ਹੀ ਆਉਂਦੀਆਂ, ਚੂਨੇ ਸਟੀਂਦੇ, ਚੌਕ ਸੱਜੇ ਹੋਏ, ਮਸੀਤਾਂ ਸਜੀਆਂ ਹੋਈਆਂ, ਹਏ ਹਏ, ਅਤੇ ਨਵੇਂ ਨਵੇਂ ਮੌਲਵੀ, ਬਸ ਉਸ ਦੇ ਮੌਲਵੀਆਂ ਦੀ ਰੁੱਤ ਆਉਂਦੀ ਹੈ, ਸੁਰਮੇ ਪਾਏ ਹੋਏ, ਸੰਭੇ ਸਵਾਰੇ ਹੋਏ, ਕੋਈ ਸਾਵਾ ਮੌਲਵੀ, ਕੋਈ ਪੀਲਾ ਮੌਲਵੀ, ਕੋਈ ਨੀਲਾ ਮੌਲਵੀ, ਤਵੱਜੋ ਸਾਡੇ ਜੰਗ 'ਚ ਵੀ ਹੁਣ ਤਾਂ ਖੈਰ ਮੈਂ ਜਨਾਬ ਦੇ ਕੋਲ ਆ ਗਈ ਹਾਂ ਇੱਥੇ, ਲੇਕਿਨ ਜੰਗ ਮੇਰਾ ਵਤਨ ਹੈ, ਜੰਗ ਜਲੂਸ ਨਿਕਲਦਾ ਪੀਰ ਪਠਾਨਗੜ੍ਹ ਦਾ, ਅਤੇ ਹੁੰਦਾ ਕੋਈ 7-8 ਕਿਲੋਮੀਟਰ ਲੰਮਾ, ਸਾਰੇ ਸ਼ੀਆ ਜੂ ਹੁੰਦੇ ਆ ਸੁਣਦੀ ਸਾਰੇ ਇਕੱਠੇ, ਅਤੇ ਮਤ ਉਹਦੇ ਵਿੱਚ ਟਰੱਕਾਂ ਟਰੱਕ ਟਰਾਲੀਆਂ ਬੱਸਾਂ ਕਾਰਾਂ ਮੋਟਰਸਾਈਕਲ ਚੰਗਚੀ ਰੇੜੇ, ਉੱਤੇ ਮੌਲਵੀ, ਉਹਨਾਂ ਦੇ ਹੱਥ ਝੰਡੀਆਂ, ਉਹ ਜੋ ਟੱਪੇ ਨਾ ਮੇਰੇ ਬੂਹੇ ਤੂੰ, ਤਵੱਜੋ ਹੈ ਮੇਰੇ ਬੂਹੇ ਤੂੰ ਟੱਪੇ, ਅਤੇ ਮੈਂ ਡਿੱਟਾ ਉਹਨਾਂ ਦੀਆਂ ਝੁੰਮਰੀਆਂ ਅਤੇ ਉਹਨਾਂ ਦੀਆਂ ਖੁਸ਼ੀਆਂ, ਅਤੇ ਇੱਕ ਆਈ ਮੇਰਾ ਬੇਲੀ ਆਈ ਗਵਾਟੀ ਆਈ ਮੌਲਵੀ ਮੁਹੰਮਦ ਨਵਾਜ਼ ਖਾਰੀ, ਉਹਨੇ ਮੈਂ ਪਤਲੀ, ਮੈਂ ਆਖਿਆ ਖਾਰੀ ਸਾਹਿਬ ਬੁਰਾ ਆਓ ਨਾ, ਉਸ ਆਖਿਆ ਕਿਹਾ ਨਾ ਲਾਕਰ, ਮੈਂ ਆਖਿਆ ਇਹ ਜਿਹੜਾ ਨਿਸ਼ਾਨ ਹੈ ਇਹ ਕੀ ਆ, ਉਸ ਆਖਿਆ ਕਿਹੜਾ, ਇਹ ਮੈਂ ਕਿਹਾ ਜਿਹੜੇ ਬੈਜ ਲਾਈ ਵਧੇ ਹੋ, ਅਤੇ ਜਿਹੜੇ ਝੰਡੇ 'ਚ ਆਈ ਵਧੇ ਹੋ, ਅਤੇ ਜਿਹੜੇ ਸਿਰ 'ਤੇ ਬੱਧੀ ਵਧੇ ਹੋ, ਤਵੱਜੋ ਹੈ, ਉਸ ਆਖਿਆ ਉਹ ਅਜ਼ਾ ਘੇਰੀ ਹੋ ਨਾ, ਮੈਂ ਕਿਹਾ ਦੱਸ ਦੱਸ ਮੈਨੂੰ ਪਤਾ ਨਹੀਂ, ਇਹ ਜਿਹੜੇ ਨਲੈਨ ਪਾਕ ਦਾ ਨਿਸ਼ਾਨ ਹੈ, ਨਬੀ ਪਾਕ ਦੀ ਜੁੱਤੀ ਦਾ ਨਿਸ਼ਾਨ ਹੈ, ਇਹ ਸੋਹਣੇ ਦੀ ਨਾਲਾਇਨ, ਮੈਂ ਕਿਹਾ ਬਿਸਮਿਲ੍ਲਾ ਵਾਹ ਕਾਰੀ ਸਾਹਿਬ, ਇਹ ਉਹ ਨਾਲਾਇਨ ਜਿਹੜੀ ਹਰਸ਼ਾ 'ਤੇ ਗਈ ਆ, ਅੱਗੋਂ ਮੈਂ ਹੀ ਤਾਂ ਦਾਕੇ ਰਾਮ, ਹੈਂ ਇਹ ਉਹ ਜੁੱਤੀ ਹੈ ਜਿਹੜੀ ਹਰਸ਼ਾ 'ਤੇ ਗਈ ਆ, ਉਸ ਆਖਿਆ ਉਹ, ਮੈਂ ਆਖਿਆ ਹਰਸ਼ਾ ਤੱਲੇ ਅਤੇ ਜੁੱਤੀ ਉੱਤਾਂ, ਉਸ ਆਖਿਆ ਬਿਲਕੁਲ, ਮੈਂ ਆਖਿਆ ਹਰ ਕੋਈ ਤੱਲੇ, ਕਾਬਾ ਤੱਲੇ ਜੁੱਤੀ ਉੱਤਾਂ, ਨਬੀ ਤੱਲੇ ਜੁੱਤੀ ਉੱਤਾਂ, ਫਰਿਸ਼ਤੇ ਤੱਲੇ ਜੁੱਤੀ ਉੱਤਾਂ, ਮੌਲਵੀ ਤੱਲੇ, ਹਰ ਸ਼ਾਇ ਤੱਲੇ, ਤਵੱਜੋ ਹੈ, ਜਿਹੜਾ ਅੱਜ ਵੀ ਨਹੀਂ ਖੁਸ਼ ਹੁੰਦਾ ਪਤਾ ਨਹੀਂ ਕਦੋਂ ਉਹ ਸੀ, ਹੈ ਬਿਸਮਿਲ੍ਲਾ, ਹਰ ਸ਼ਾਇ ਤੱਲੇ ਜੁੱਤੀ, ਉਸ ਆਖਿਆ ਉਹ ਜੁੱਤੀ, ਮੈਂ ਆਖਿਆ ਭਾਈ ਕਿਆ ਬਾਤ ਹੈ, ਮੈਂ ਅੱਜ ਬਣ ਗਈ ਹਾਂ ਕਾਰੀ ਸਾਹਿਬ ਤੁਹਾਡੇ ਅਕੀਦੇ ਨੂੰ, ਅਸਾਂ ਤਾਂ ਇੰਨੇ ਵਧੀਆ ਲੜਨੇ ਆਇਆ ਤੁਹਾਡੇ ਨਾਲ, ਤੁਸੀਂ ਤਾਂ ਬੜੇ ਅਕੀਦੇ ਵਾਲੇ ਹੋ, ਉਸ ਆਖਿਆ ਸਾਡੇ ਨੇੜੇ ਜੂ ਕਦਾ ਨਹੀਂ ਲੱਗਦੇ, ਅੱਜ ਪੱਕ ਲੱਗਾ ਹੀ, ਸਾਨੂੰ ਕਿੱਡਾ ਪਿਆਰ ਹੈ ਸੋਹਣੇ ਨਾਲ, ਮੈਂ ਆਖਿਆ ਬਾਈ ਪੱਕ ਲੱਗ ਗਈ ਆ, ਮੰਨ ਗਈ, ਮੈਂ ਕਹਿੰਦਾ ਮੈਨੂੰ ਇਹ ਦੱਸ ਇਹ ਜਿਹੜੀ ਜੁੱਤੀ ਹੈ ਇਹ ਪੈਰਾਂ 'ਚ ਨਹੀਂ ਆਉਂਦੀ, ਬੁਲਤਾਨ ਮੇਰੇ ਸਾਹਮਣੇ ਬੈਠਾ, ਉਸ ਆਖਿਆ ਜੁੱਤੀ ਹੁੰਦੀ ਪੈਰਾਂ 'ਚ, ਮੈਂ ਆਖਿਆ ਬਸ ਜਿਹੜੀ ਜੁੱਤੀ ਤੁਸੀਂ ਇਹ ਸਿਰ 'ਤੇ ਬੱਧੀ ਵਧਿਓ ਇਹ ਸੋਹਣੀ ਮੁਹੰਮਦ ਦੀ ਨਾਲ ਲੈਣੇ, ਉਸ ਆਖਿਆ ਜੀ ਉਹ ਹੈ, ਅੱਛਾ ਇਹ ਸਾਈਂ ਦੇ ਪੈਰਾਂ 'ਚ ਆਈ ਨਾ, ਉਸ ਆਖਿਆ ਬਿਲਕੁਲ, ਅਤੇ ਚੁੰਮਦੇ ਕਿਉਂ, ਉਸ ਆਖਿਆ ਜ਼ਾਕਿਰ ਸਾਹਿਬ ਨਿਸਬਤ ਹੋ ਗਈ, ਤਵੱਜੋ ਨਿਸਬਤ ਹੋ ਗਈ, ਨਬੀ ਦੀ ਤਲੀਆਂ ਨਾਲ ਮਸ ਹੋ ਗਈ, ਤਾਂ ਚੁੰਮਨੇ ਆ ਜੋ ਨਬੀ ਦੇ ਪੈਰਾਂ ਨਾਲ ਨਿਸਬਤ ਹੋ ਗਈ, ਅਸਾਂ ਚੁੰਮਦੇ ਹੀ ਆਏ ਸਿਰ 'ਤੇ ਬੱਧੀ ਵਧੇ ਆ, ਤਵੱਜੋ, ਮੈਂ ਤਾਂ ਕਹੇ ਭੁੱਖ 'ਤੇ ਆਵਾਂ, ਮੈਂ ਤਾਂ ਵੱਲਾਂ ਵਲੇਂਦਾ ਆ ਅਤੇ ਵਲੇਂਦਾ ਆ, ਮੈਂ ਆਖਿਆ ਇਹ ਦੱਸ ਉਹ ਮੌਲਵੀ ਸਾਹਿਬ ਅਤੇ ਕਾਰੀ ਸਾਹਿਬ ਯਾਰ ਤੁਹਾਡੇ ਮਿਆਰ ਏ ਮੁਹੱਬਤ ਦੀ ਕਿਆ ਬਾਤ ਹੈ, ਜੁੱਤੀ ਤੋਂ ਕੁਰਬਾਨ ਹੁੰਦੇ ਹੋ, ਜੁੱਤੀ ਨੂੰ ਚੁੰਮਦੇ ਹੋ, ਪਰ ਅਕਲ ਤੁਹਾਡੇ ਤੋਂ ਹੈਰਾਨ ਆ, ਜਿਹੜੀ ਪੈਰਾਂ 'ਚ ਗਏ ਉਹਨੂੰ ਸਿਰ 'ਤੇ ਬੱਧੀ ਵਧਿਓ, ਅਤੇ ਜਿਹੜਾ ਨਬੀ ਦੀਆਂ ਮੋਢਿਆਂ 'ਤੇ ਚੜਿਆ ਉਹਦੇ ਨਾਲ ਸਰਦੇ ਹੋ, ਬਸ ਭਾਈ ਅੱਜ ਹੈ ਮੌਲਾ ਦੀ ਆਮਦ, ਬਸ ਗੱਲ ਹੀ ਹੈ ਕੁਝ ਮੈਂ ਕਰਨੀ ਆ, ਸਿਰਫ ਸਾਡੇ ਰਾਹਬਰ ਐਸੇ ਹਨ, 12 ਰਬੀਉਲ ਅੱਵਲ ਨੂੰ ਅਸੀਂ 17 ਮਨਾਉਂਦੇ ਹਾਂ,
ਅਸਾਂ ਬਾਰਾਂ ਤੇ ਪੰਜ ਰਲੈਂਦੇ ਹਾਂ, ਬਾਰਾਂ ਪੰਜ ਰਲੈਂਦੇ ਹਾਂ ਅਤੇ ਤਾਂ ਸੋਹਣਾ ਮੁਹੰਮਦ ਸਾਨੂੰ ਨਜ਼ਰ ਆਉਂਦਾ। ਬਿਰਾ ਬਾਰਾਂ ਨੂੰ ਮਨਾਈਂਦੇ ਨੇ ਅਤੇ ਉਹ ਹੀ ਜਾਂਦਾ ਜਸ਼ਨ ਮਨਾਈਂਦੇ ਨੇ। ਉਹ ਸਿਰਫ ਇਨਾਂ ਦਾ ਨਹੀਂ, ਉਹ ਹਰ ਵਾਸਤੇ ਰਹਿਮਤ ਹੈ। ਉਹ ਹੈ ਨਬੀ, ਨਬੀ ਦਾ ਜਸ਼ਨ ਤਾਂ ਸਾਰੇ ਮੁਸਲਮਾਨ ਮਨਾਈਂਦੇ ਨੇ। ਜੇ ਕੋਈ ਕਾਸ਼ਾ ਪੱਲੇ ਹੈ ਤਾਂ ਕੋਈ ਆਪਣਾ ਇਹੋ ਜਿਹਾ ਪੀਰ ਦਾ ਵਿਖਾ। ਉਹ ਜਾਂਦੀ ਗੱਲ ਪੇੜੇ 'ਚ ਕਰ ਸਕੋ ਵੀ ਸਾਡਾ ਪੀਰ ਇਹੋ ਜਿਹਾ ਅਤੇ ਇਹੋ ਜਿਹਾ, ਅਤੇ ਜਦਾਂ ਹੀ ਖੁਰਾ ਗੁਲੇ ਸੋ ਪੀਰ ਦਾ, ਅਤੇ ਖੁਰਾ ਵਹਿੰਦਾ 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 ਉੱਥੇ ਲੱਭ ਸੀ ਜਿੱਥੇ ਕੋਈ ਚੌਕ ਸੀ ਜਾਂ ਕੋਈ ਮੰਦਰ ਮੰਦ। ਠੀਕ ਹੈ ਜੀ, ਬਸ ਕਸੀਦਾ ਮੌਲਾ ਰਜ਼ਾ ਸਖੀ ਦੀ ਇੱਜ਼ਤ ਵਾਲਾ ਇੱਕ ਸੋਹਣੀ ਜਿਹੀ ਸਲਵਾਤ ਮਿਲ ਕੇ ਸੁਣ। ਪਾਕ ਰਜ਼ਾ ਕੀ ਚੌਕਟ ਤੇ ਸਭ ਮਹਿਤਮ ਵਾਲੀ ਸੁਣੋ, ਪਾਕ ਰਜ਼ਾ ਕੀ ਚੌਕਟ ਪੇ ਸਭ ਮਹਿਤਮ ਵਾਲੀ ਸੁਣੋ, ਪਾਕ ਰਜ਼ਾ ਕੀ ਚੌਕਟ ਪੇ ਸਭ ਮਹਿਤਮ। ਹਰ ਬੰਦਾ ਜਸ਼ਨ ਮਨਾ ਹੀ ਨਹੀਂ ਸਕਦਾ, ਹਰ ਬੰਦਾ ਖੁਸ਼ ਹੋ ਨਹੀਂ ਸਕਦਾ, ਜਿਹੜਾ ਬੰਦਾ ਵਿਹੜੇ 'ਚ ਜਿਣਕਾ ਚੱਲੇ ਉਹ ਹੀ ਖੁਸ਼ ਹੁੰਦਾ। ਬਹੁਤ ਔਖਾ ਹੈ ਕਿਹੜੀ ਗੱਲ, ਮੌਲਾ ਦੀ ਚੌਖਟ ਤੇ ਕਿਹੜੀ ਗੱਲ ਸੁਣ ਲਓ, ਮਵਾਲੀ ਸੁਣ ਲੋ, ਕਾਬਾ ਵੀ ਚੱਲ ਕੇ ਆਤਾ ਹੈ। ਕਿਆ ਬਾਤ ਹੈ, ਅੱਜ ਦੋਸਤ ਕਾਇਮ ਹੈ ਬਿਰਾ, ਚੁੱਕ ਮੈਂ ਆਪ ਤਾਂ ਲਿਖਦਾ ਨਹੀਂ ਜੀ, ਮੈਂਬਰ ਤਾਂ ਘੂੜ ਕਿਵੇਂ ਮਾਰੀਏ, ਕਈ ਬਿਰਾ ਸਾਡੇ ਇਹਦੇ ਉਹਨਾਂ ਦੇ ਚੱਤੇ ਵੱਧੇ ਹੋਏ, ਬਈ ਮਿਹਨਤ ਕਹਿੰਦੀ ਅਤੇ ਆਖਣਾ ਮੈਨੂੰ ਹੁਣ ਮੁਸੱਲੇ 'ਤੇ ਅਤਾ ਹੋਇਆ। ਸਦਕੇ ਵੰਜਾ ਬਾਈ, ਹੁਣ ਇਸ ਘੂੜ ਨਾਲ ਤੂੰ ਚੌਖਾ ਵੱਡਾ ਬੰਦਾ ਬਣ ਰਹੀ ਸੀ, ਇਹ ਥੋੜ੍ਹੀ ਅਤਾ ਹੈ ਜੋ ਅਸਾਂ ਜ਼ਾਕਿਰ ਹੁਸੈਨ, ਇਸ ਤੋਂ ਵੱਡਾ ਲਫ਼ਜ਼ ਕਾਇਨਾਤ 'ਚ ਕੋਈ। ਹਕੀਕਤ ਇਹ ਹੈ ਮੈਂ ਤਾਂ ਲਿਖਦਾ ਨਹੀਂ ਅਤੇ ਕਹਿਣ ਦੀ ਮਿੰਨਤ ਕੀਤੀ, ਮੈਂ ਆਖਿਆ ਭਾਊ ਅੱਜ ਜਸ਼ਨ ਫੜਨਾ ਹੈ ਅਤੇ ਕੋਈ ਵੀ ਹਰ, ਮੈਂ ਕਿਹਾ ਕੋਈ ਵੀ ਹਰਬਾਨ ਨਹੀਂ ਕਰ, ਕੋਈ ਸਾਨੂੰ ਕਸੀਦਾ ਲਿਖ ਦੇ। ਉਸ ਲਿਖ ਦਿੱਤਾ ਹੈ ਅਤੇ ਅੱਜ ਪਕਾਇਆ ਹੈ ਅਤੇ ਪਹਿਲੀ ਵਾਰੀ ਪਿਆ ਪੜ੍ਹਨਾ ਅਤੇ ਕਈ ਉਹ 'ਚ ਜੇ ਕੋ ਹੋ ਵੰਜੇ ਅਤੇ ਕਦੀ ਕਦੀ ਹੈ ਵੀ ਮੇਰਾ ਦਿਲ ਵਧਾ ਛੋੜਿਆ, ਤਾਂ ਹੀ ਤਾਂ ਮੈਂ ਪਿਆ ਪੜਦਾ ਪਾਕ ਰਜ਼ਾ ਕੀ ਚੌਖਟ ਪੇ ਸਭ ਮਹਿਤਮ ਵਾਲੀ ਸੁਣ ਲੋ, ਪਾਕ ਰਜ਼ਾ ਕੀ ਚੌਖਟ ਪੇ ਸਭ ਮਹਿਤਮ ਵਾਲੀ ਸੁਣ ਲੋ, ਸਾਲਾ ਜਵਾਨੀਆਂ ਵਾਲਾ ਸਦਕਾ ਮੌਲਾ ਕਾਜ਼ਮ ਦੇ ਪੁੱਤਰ ਦਾ ਸ਼ਾਲਾ ਵੇਰੇ ਵਸਨੇ ਹੋਇਆ, ਪਾਕ ਰਜ਼ਾ ਕੀ ਚੌਖਟ ਪੇ ਸਭ ਮਹਿਤਮ ਵਾਲੀ ਸੁਣ ਲੋ, ਕਾਬਾ ਵੀ ਚੱਲ ਕੇ ਆਤਾ ਹੈ, ਬਾਬੀ ਚੱਲ ਕੇ ਆਤਾ ਹੈ, ਕਾਬਾ ਵੀ ਚੱਲ ਕੇ ਆਤਾ ਹੈ, ਮਸ਼ਹਦ ਕੇ ਸੁਲਤਾਨ ਕੇ ਦਰ ਪੇ ਅਦਬ ਸੇ ਸਜਦੇ ਕਰਨੇ, ਮਸ਼ਹਦ ਕੇ ਸੁਲਤਾਨ ਕੇ ਦਰ ਅਦਬ ਸੇ ਸਜਦੇ ਕਰਨੇ, ਸਜਦਾ ਵੀ ਚੱਲ ਕੇ ਆਤਾ ਹੈ। ਬੋਲ ਪਾਓ ਯਾਰ, ਯਾਤੀ ਉਮਰੇ ਅਤੇ ਖੁਸ਼ੀਆਂ ਮਨਾਈਆਂ ਮੈਂ ਮੈਂ ਲੱਖ ਰੁਪਈਆ ਦੇਣਾ ਉਸ ਬੰਦੇ ਨੂੰ ਜਿਹੜਾ ਮੈਨੂੰ ਹੱਸ ਵੀ ਖਾ, ਅਤੇ ਜੁਮੇਰ ਮਾਂ ਇੰਨੇ ਬੈਠੇ ਹੱਸ ਵੀ ਖਾ, ਖੁਸ਼ ਹੋ ਵੀ ਨਾ, ਉਹ ਖੁਸ਼ੀ ਬੰਦਿਆਂ ਨੂੰ ਅੰਧੇ ਰੋਂਦੀ ਹੈ। ਯਾਤੀ ਉਮਰੇ
ਖੁਸ਼ੀ ਦਾ ਪਤਾ ਤਦਾਂ ਲੱਗਦਾ ਹੈ ਜਦੋਂ ਅੱਲਾ ਪੁੱਤਰ ਦੇਵੇ। ਹਾਂ, ਅੱਲਾ ਐਸਾ ਮੇਵਾ ਬਣਾਇਆ ਹੈ। ਜਦੋਂ ਪੁੱਤਰ ਮੌਲਾ ਦਿੰਦਾ ਹੈ ਨਾ, ਤੇ ਵੱਧ ਬੰਦੇ ਦੇ ਪੈਰ ਹਵਾ 'ਚ ਆਉਂਦੇ, ਇਹਦੀ ਖੁਸ਼ੀ ਆਉਂਦੀ ਹੈ। ਇੰਜ ਗੱਲ ਹੈ ਨਾ। ਤੇ ਬਹੁਤ ਜਦੋਂ ਪੁੱਤਰ ਬੰਦਾ ਫਰਨਾ ਹੈ ਚਾ ਹਸਰਤ ਹੀ ਪੂਰੀ ਹੋ। ਸਾਡੇ ਜੰਗੇ ਮੋਰ ਮੋਰ ਅਸਾਂ ਮਾਰ ਛੱਡੇ ਆ ਮੋਰ। ਮੇਰਾ ਬਈ ਵਤਨ ਵਸੇ ਬੇ ਕੋਈ ਇਲਾਕਾ ਐਸੇ ਉਸ ਮੁੜ ਇੱਕ ਪੁੱਤਰ ਆਸੂ ਤੇ ਲਾਉਂਦਿਆਂ ਦਾ ਪੁੱਤਰ ਇੱਕੋ ਤੇ ਲਾਉਂਦਿਆਂ ਉਹਨੂੰ ਪਰਨਾ ਛੋੜਿਓ। ਤਵੱਜੋ ਹੈ ਪਿਤਰੇ, ਇਹ ਹੱਥ ਛੋੜ ਵਾ, ਇਹ ਮਸੀਹ ਤੇ ਹੀ ਤੱਲੇ ਇਹ ਹੱਥ ਬਣਨੇ ਤਾਂ ਉੱਥੇ ਕੋਈ ਨਹੀਂ ਹਟਕੇ। ਠੀਕ ਹੈ ਨਾ ਜੀ। ਉਹ ਜਨਾਬ ਉਸ ਪੁੱਤਰ ਪਰ ਨਾ ਛੋੜਿਆ ਜੀ, ਅਤੇ ਹੁਣ ਪੁੱਤਰ ਸਿਹਰੇ ਪਾਈ ਖਲਾ ਅਤੇ ਗਰੀਬ ਗੁਰਬਾ ਮੋੜ ਮੁਬਾਰਕਾਂ 'ਤੇ ਫਜਦਾ ਹੈ। ਵੱਡਾ ਬੰਦਾ 100 ਰੁਪਏ ਦਾ ਮਾਲ ਲੈ ਕੇ ਅੱਜ ਕਾਸ਼ਾ ਦੇਂਦਾ ਹੈ, ਕੋਈ ਲੇਲਾ ਬੱਕਰੀ ਸਿਰ ਬਖਤ ਦੀ ਖੈਰ ਬੈਠੇ ਹੋ ਅੱਗੋਂ ਮਾਰ ਉਸ ਆਖਿਆ ਹੋਏ ਨਾ ਮੌਕਾ ਵੇਖਦੇ ਹੋ ਅਤੇ ਭੱਜਦੇ ਲੱਗੇ ਆਉਂਦੇ ਹੋ ਚਾਲੀ ਚੋ ਗਰੀਬ ਆ। ਉਹ ਤਾਂ ਆਸ ਲੈ ਕੇ ਆਇਆ, ਉਸ ਆਖਿਆ ਸਾਈਂ ਕਬੜੀ ਕਿਉਂ ਪੀ ਚੁੱਪ ਨਾ ਮੌਕਾ ਵੇਖਦੇ ਹੋ ਅਤੇ ਭੱਜੇ ਲੱਗੇ ਆਉਂਦੇ ਹੋ। ਉਸ ਆਖਿਆ ਹੈ ਸਰਦਾਰ ਕਬੜੀ ਦਾ ਜੋ ਪੀਆ ਹੈ ਅੱਜ ਪੁੱਤਰ ਸਿਹਰੇ ਪਾਈ ਖਲਾਈ ਅੱਜ ਨੂੰ ਦੇਂਦਾ ਵਾ ਤਾਂ ਪਟੜੇ 'ਤੇ ਦੇਸੇ। ਜਿਹੜੇ ਅੱਜ ਨਹੀਂ ਬੋਲੇਂਦੇ ਕਦਾਂ ਬੋਲੇ ਸੋ ਤੇਰੀ ਜ਼ਿੰਦਗੀ ਹੋਵੇ ਤਾਂ ਹੀ ਤਾਂ ਮੈਂ ਪੀਆ ਤਾਂ ਬਾਬਾ। ਇਹ ਹਸਬ ਨਸਬ ਕਿਆ ਹੈ ਸਾਈਂ ਦਾ ਜਾਈਂਦਾ ਅੱਜ ਆਮਦ ਹੈ ਜਿਸ ਦੀ ਜਸ਼ਨ ਜਿਸ ਦੀ ਖੁਸ਼ੀ ਹੈ ਨਾਨਕੇ ਕੌਣ ਦਾਦਕੇ ਕੌਣ ਅਰਧ ਪਿਆ ਕਰਦਾ ਤਵੱਜੋ ਹੱਥ ਬੰਦੀ ਖਲੋਤਾ ਦਿਲ ਠਰ ਜਾਏ। ਚਲ ਕੇ ਆਤਾ ਹੈ ਕਾਬਾ ਚਲ ਕੇ ਆਤਾ ਹੈ ਸਜਦਾ ਚਲ ਕੇ ਆਤਾ ਹੈ ਅਨੋਖਾ ਜਿਹਾ ਸ਼ੇਰੇ ਦੇਖੋ ਨਾ ਅਕੀਦਾ ਬੋਲਦਾ ਹੈ। ਜਿਵੇਂ ਜਿਵੇਂ ਬੰਦੇ ਦਾ ਅਕੀਦਾ ਅਤੇ ਮਾਰਫਤ ਬੁਲੰਦ ਹੁੰਦੀ ਹੈ ਨਾ ਉਹ ਲਫ਼ਜ਼ਾਂ 'ਚ ਇਜ਼ਹਾਰ ਉਹਨੇ ਆਉਂਦਾ ਹੈ। ਅਰਧ ਪਿਆ ਕਰਦਾ ਬਾਬਾ ਜਿਸ ਕਾ ਹੈ ਦਰ ਜਬ ਜਰੀਏ ਬੇਕਾਜ ਵਲੀ ਹੈ ਨਾਨਾ ਜਿਸ ਕਾ ਪਾਕ ਮੁਹੰਮਦ ਭੀ ਲਜਪਾਲ ਸਖੀ ਹੈ ਬਾਬਾ ਜਿਸ ਕਾ ਹੈ ਦਰ ਜਬ ਜਰੀਏ ਬੇਕਾਜ ਵਲੀ ਹੈ ਨਾਨਾ ਜਿਸ ਕਾ ਪਾਕ ਮੁਹੰਮਦ ਭੀ ਲਜਪਾਲ ਸਖੀ ਹੈ ਐਸਾ ਹੈ ਯੇ ਕਾਜ ਨਵਾਜ਼ਾ ਜਿਸ ਕੋ ਚੂਮਨੇ ਅਕਸਰ ਐਸਾ ਹੈ ਯੇ ਬੋਲ ਪਾਓ ਭਲਾ ਵੀ ਹਯਾਤੀ ਹੋ ਵੀ ਮੇਰੀਆਂ ਸੋਚਾਂ ਇਹ ਜਸ਼ਨ ਦੀ ਰਾਤ ਸ਼ੇਰ ਸੁਣਨਾ। ਜੰਨਤ ਜੰਨਤ ਕਹਿ ਡਿੱਠੀ ਹੈ ਬੋਲ ਪਾਓ ਅਜਾ ਹੀ ਕਾਫੜੇ ਬੈਠੇ ਹੋ ਤੇ ਮਨ ਹੀ ਪਾਓ ਯਾਰ ਅੱਜ ਤਾਂ ਖੁਸ਼ੀ ਹੈ। ਜੰਨਤ ਕਹਿ ਡਿੱਠੀ ਹੈ ਬੇਸ਼ੁਮਿਲਾ ਅਸਾਂ ਕਹੇ ਹੋਰ ਨਾਲ ਗੱਲ ਕਰਨਾ ਵਦਨ ਚੁੱਪ ਜਾ ਕੇ ਜੰਨਤ ਇਹ ਮਰਨ ਤੋਂ ਬਾਅਦ ਜੀਦੀਆਂ ਜੰਨਤ ਸਾਡਾ ਤਾਂ ਕਹੀਦਾ ਪਿਆ ਅਸਾਂ ਤਾਂ ਬੈਠੇ ਜੰਨਤ 'ਚ ਹਾਂ ਜੰਨਤ ਨਹੀਂ ਜਿਹੜੇ ਚੁੱਪ ਕੀਤੀ ਬੈਠੇ ਹੋ ਚਲੋ ਤੂੰ ਹੱਥੇ ਮੇਰੀ ਭਰੇ ਜੰਨਤ ਕਹਿੰਦੀ ਜਾਗੀਰ ਬੋਲ ਪਾਓ ਹਸਨ ਹੁਸੈਨ ਦੀ ਮੌਲਾ ਹੁਸੈਨ ਦੀ ਜਾਗੀਰ ਹੈ ਨਾ ਜੰਨਤ ਜਾਗੀਰ ਜਿੱਥੇ ਬੈਠੇ ਹੋ ਇਹ ਘਰ ਆਇਓ ਮੁਲਤਾਨ ਵਾਲਿਓ ਹਾਂ ਪੁੱਤਰ ਜੀ ਮੇਰੀ ਜ਼ਿੰਦਗੀ ਹੋ ਵੀ ਅਯਾਤੀ ਹੋ ਵੀ ਅਕੀਦਾ ਬੋਲਦਾ ਹੈ
ਜ਼ਿੰਦਗੀ ਹੋਵੀ ਬਾਈ, ਹਯਾਤੀ ਹੋਵੀ। ਉਹ ਜਾਗੀਰ, ਇਹ ਘਰ ਇਮਾਮ ਵਰਗਾ ਘਰ ਹੈ ਨਾ, ਉਹ ਜਾਗੀਰ ਇਹ ਘਰ ਮੁੜ ਪਿਆ ਨਾ, ਉਹ ਜਾਗੀਰ ਮੈਨੂੰ ਅੱਜ ਦੀ ਯਾਰਾਂ ਜ਼ਿਕਾਰ ਦੀ ਰਾਤ ਦੀ ਕਸਮ, ਅਤੇ ਮੈਨੂੰ ਆਪਣੇ ਅੱਠਵੇਂ ਇਮਾਮ ਦੀ ਕਸਮ, ਮੁਲਤਾਨ ਵਾਲੇ ਆਓ, ਜਾਗੀਰ ਕੀਮਤੀ ਨਹੀਂ ਆਉਂਦੀ, ਘਰ ਕੀਮਤੀ ਆਉਂਦਾ। ਇਹ ਜੰਨਤ ਕਈ ਇੱਦਾਂ ਹੀ ਬੰਦੇ ਸ਼ਾਕੇ 'ਚ ਬੈਠੇ, ਭਾਵੇਂ ਕਾਵੜੇ ਬੈਠੇ, ਬਾਈ ਜੰਨਤ ਉਹ ਹੋਵੇ ਜਿੱਥੇ ਇਬਲੀਸ ਨਹੀਂ ਬਹਿੰਦਾ। ਕਿਉਂ ਮਲੰਗਾ ਹੋ ਮਲੰਗ ਭਾਵੇ, ਜੰਨਤ 'ਚ ਇਬਲੀਸ ਬਹਿੰਦਾ ਨਹੀਂ ਬਹਿੰਦਾ? ਕਿਉਂ ਨਹੀਂ ਬਹਿੰਦਾ? ਉਹ ਜੰਨਤੀ ਹੈ ਹੀ ਨਹੀਂ। ਲਿਆਦਾ ਜਿਬਰੀ ਇਬਲੀਸ ਜੰਨਤ 'ਚ, ਠੀਕ ਹੈ ਨਾ? ਅੱਛਾ ਸਾਰੇ ਬੰਦੇ ਤੁਹਾਨੂੰ ਵਾਸਤੇ ਇਮਾਮ ਰਜ਼ਾ ਸਖੀ ਦੀ ਆਮਦ ਦਾ ਮੈਨੂੰ ਜਵਾਬ ਦਿਓ, ਇੱਥੇ ਆਉਂਦਾ ਹੈ? ਕਿਉਂ ਨਹੀਂ ਆਉਂਦਾ? ਜੰਨਾ 'ਤੇ ਇਬਲੀਸ ਜੰਨਤ, ਬਿਸਮਿਲ੍ਲਾ, ਇਬਲੀਸ ਜੰਨਤ 'ਚ ਨਹੀਂ ਆਉਂਦਾ। ਜ਼ਿੰਦਗੀ ਹੋਵੇ ਬਾਈ, ਤੁਹਾਡੇ ਅਕੀਦੇ ਨੂੰ ਸਲਾਮ ਹੈ। ਇੱਥੇ ਨਹੀਂ ਆਉਂਦਾ ਕਿਉਂ? ਜੰਨਤ ਹੈ, ਇਹ ਜੰਨਤ ਹੈ। ਉਹ ਜਾਗੀਰ ਇਹ ਘਰ ਰੇ, ਅੱਲਾ ਦੇ ਗਾਰੀ 'ਚੋਂ ਬਲੀਸ ਨਿਕਲਦਾ ਨੇ। ਇਹੀ ਮੈਂ ਗੱਲ ਰਿਕਾਰਡ ਪਈ ਆਉਂਦੀ ਨੇ, ਕੂੜ ਹੋਵਾਂ ਅਸੀਂ ਤੂੰ ਫੱਦ ਕੇ ਲਾ ਸਟਿਆ। ਜੇ ਮਲੰਗ ਦੀ ਗੱਲ ਠੀਕ ਹੋਵੇ ਤਾਂ ਮੈਂ ਤਾਂ ਸੁੱਚਿਆ ਹੈ, ਅੱਲਾ ਦੇ ਘਰੋਂ ਨਿਕਲਦਾ ਨਹੀਂ। ਉਹ ਕਾਬੇ 'ਚ ਖਲਾਈ, ਅੱਲਾ ਦਾ ਘਰ ਨਹੀਂ ਕਾਬਾ, ਉਹ ਕਾਬੇ 'ਚ ਖਲੋਤਾ ਹੀ ਲਾਤ ਮੰਦਾ। ਉਹ ਜਿਹੜੇ ਤਰਾਏ ਲਾਂਤੀ ਹਨ ਜਿਨ੍ਹਾਂ ਨੂੰ ਵੱਟੇ ਮਰੇਂਦੇ, ਉਹ ਇੱਕ ਨਹੀਂ ਤਰਾਏ ਖਲੋਤੇ ਨਾ। ਬੋਲ ਪਾਓ, ਬੋਲ ਪਾਓ। ਉਹ ਤਰਾਏ ਨਹੀਂ ਖਲੇ, ਇਹ ਜਿਹੜੇ ਹਾਜੀ ਬੈਠੇ ਹੋ ਵੱਟੇ ਨਹੀਂ ਮਰੇਂਦੇ। ਜਾਂਦਾ ਚੁੱਕ ਵੰਜੇ ਮੋੜ ਮਾਰ, ਕਹੇ ਤੂੰ ਖਸ ਕੇ ਮਾਰਨਾ ਪਵੀ ਤੇ ਮਾਰ, ਵੱਟਾ ਮਾਰ ਜੇ ਲਾਂਤੀ ਹੈ। ਜੇ ਵੱਟੇ ਨਾ ਮਾਰੇ ਤਾਂ ਹਜ ਕਬੂਲ ਨਹੀਂ। ਹਜ ਪਤਾ ਹੀ ਕਿਹੜੀ ਸ਼ਾਇ, ਤ੍ਰੀ ਨੂੰ ਨਫ਼ਰਤ ਕਰ, ਤ੍ਰੀ ਨੂੰ ਵੱਟੇ ਮਾਰ, ਚੌਥੇ ਦਾ ਬੋਸਾ ਲੈ, ਇਹ ਹਜ ਹੈ। ਬੋਲ ਪਾਓ। ਸਲਾਮ ਹੈ ਜੀ। ਉਹ ਖ ਅੱਲਾ ਦੇ ਘਰ ਖਲੋਤਾ ਹੀ ਕਾਬੇ 'ਚ ਕੱਢ, ਉਹ ਖਲੋਤੇ ਨਹੀਂ ਤਰਾਏ ਖਲੇ ਨਹੀਂ ਕੱਢ। ਇਹ ਅੱਲਾ ਦਾ ਘਰ ਖਲੇ ਨਹੀਂ ਤੇ ਮਸੀਤ, ਇਹ ਹੀ ਅੱਲਾ ਦਾ ਘਰ ਹੈ, ਇੱਥੇ ਹੀ ਖਲੋਤਾ ਹੈ। ਇਹ ਲਾਂਤੀ ਕਰੇਂਦਾ ਕਿ ਕਾਬੇ 'ਚ ਹਾਜੀ ਵਜਾਈਂਦਾ, ਮਸੀਤ 'ਚ ਨਿਮਾਜ਼ੀ ਵਜਾਈਂਦਾ। ਕਵੜੀ ਤਾਂ ਦੇਗਾ, ਕਾਬੇ 'ਚ ਹਾਜੀ ਵਜਾਈਂਦਾ ਮਸੀਤ 'ਚ। ਮੈਂ ਇੱਧਰ ਵੇਖੋ ਪਿੱਤਰੇ, ਪਾਣੀ ਦੀ ਬੋਤਲ ਇਤਰੇ ਲੱਗੀ ਹੈ ਤੇ ਪੇਸ਼ ਕਰੇ ਨੇ। ਬਿਸਮਿਲ੍ਲਾ ਖੈਰ ਹੋਵੇ। ਮੈਂ ਕਿਹਾ ਕਿ ਕਾਬੇ 'ਚ ਹਾਜੀ ਵਜਾਈਂਦਾ, ਮਸੀਤ 'ਚ ਨਿਮਾਜ਼ੀ ਵਜਾਈਂਦਾ, ਨਤੀਜਾ ਦਿੰਦਾ ਪੀਆਂ। ਮੈਂ ਕਿਹਾ ਕਿ ਇਬਲੀਸ ਜੰਨਤੀ ਨਹੀਂ, ਇੱਥੇ ਨਹੀਂ ਆਉਂਦਾ, ਕਿਉਂ? ਜੰਨਤ ਹੈ। ਹੁਣ ਆਪ ਫੈਸਲਾ ਕਰ, ਹੋਏ ਕੂੜਿਆ, ਤੈਨੂੰ ਹੁਸੈਨ ਦੀ ਤਾਕਤ ਦਾ ਪਤਾ ਹੀ ਨਹੀਂ। ਇਹ ਇਬਲੀਸ ਲਾਂਤੀ ਅੱਲਾ ਦੇ ਘਰੋਂ ਨਿਕਲਦਾ ਨਹੀਂ, ਹੁਸੈਨ ਦੇ ਘਰ ਆਉਂਦਾ ਨਹੀਂ। ਜੀਓ ਭਾਈ, ਇਹ ਜੰਨਤ 'ਚ ਬੈਠੇ ਹੋ, ਤਵੱਜੋ ਹੈ ਜੀ। ਆਪ ਵੇਖ ਲਓ, ਕੁਝ ਆਪ ਹੀ ਸਿਆਣੇ ਬਣੋ ਸਾਡੀਆਂ, ਮੈਥੋਂ ਪੁੱਛਦੇ ਹੋ। ਜਿਹੜਾ ਇੱਥੇ ਨਹੀਂ ਆਉਂਦਾ, ਬਸ ਉਹਦੀ ਆਪਣੀ ਕਿਸਮਤ। ਜੰਨਤ 'ਚ ਬੈ ਤੁਸਾਂ ਤਾਂ ਹੋ ਜੰਨਤੀ, ਤੁਹਾਡੀ ਗੱਲ ਨਹੀਂ, ਮੈਂ ਪਬਲਿਕ ਨੂੰ ਪਿਆਨਾ, ਲੋਕਾਂ ਨੂੰ ਪਿਆਨਾ। ਜੇ ਦੁਨੀਆਂ 'ਤੇ ਜੰਨਤ ਵੇਖਣੀ ਆਈ ਤਾਂ ਫਰੀਦ ਕਾਫੀ ਖਾਵੇ। ਉਹ ਯਾਰ ਵੇਖੋ ਮੇਰੇ ਪਾਸੇ, ਬੋਲਣਾ ਤੇਰੀ ਜ਼ਮੀਰ ਦਾ ਫੈਸਲਾ ਹੈ। ਮੈਂ ਨੌਕਰੀ ਕਰਨੀ ਹੈ ਅਤੇ ਖੁਸ਼ੀ ਮਨਾਵਣੀ ਹੈ, ਜੰਨਤ ਪਿਆ ਵਿਖਾਇਦਾ, ਇੱਥਾਂ ਜੰਨਤ, ਧਰਤੀ 'ਤੇ ਜੰਨਤ ਨਾ ਵਿਖਾਵਾਂ,
ਮਿੰਬਰ ਤੋਂ ਲਾ ਛੋੜੇ ਅਰਦ ਪਿਆ ਕਰਦਾ ਬਸ਼ਾਦ ਜੰਨਤ ਦੀ ਧਰਤੀ ਏ ਮੈਂ ਸਦਕੇ ਜਾ ਹੈ ਜੀ ਉਹ ਭਾਈ ਸ਼ੇਰ ਸੁਣ ਲੈ ਭਾਈ ਅਰਦ ਪਿਆ ਕਰਦਾ ਸਰਦਾਰ ਕੀ ਅਜਲ ਮੈਂ ਗੁਜ ਗੁਰਾਨ ਮੈਂ ਦੇਖੋ ਜੰਨਤ ਦੇਖਣਾ ਚਾਹਤੇ ਹੋ ਤੋ ਫਿਰ ਈਰਾਨ ਮੈਂ ਦੇਖ ਮੁੜ ਪੜੋ ਸਰਦਾਰ ਕੀ ਅਜਲ ਮੈਂ ਗੁਜ ਸਾਲਾ ਪੁੱਤਰ ਜੀ ਨੇ ਮੈਂ ਦੇਖੋ ਜੰਨਤ ਦੇਖਣਾ ਚਾਹਤੇ ਹੋ ਈਰਾਨ ਮੈਂ ਦੇਖੋ ਫਰਸ਼ ਪੇ ਇਸ ਨੇ ਅਰਸ਼ ਸਜਾਇਆ ਜੀ ਇਜਾਜ਼ਤ ਹੈ ਜਨਾਬ ਇੱਕ ਹੋਰ ਕਸੀਦਾ ਪੜ੍ਹੀਏ ਪਿਛਲੇ ਸਾਲ ਵੀ ਮੈਂ ਪੜ੍ਹਿਆ ਤੇ ਉਹ ਜਨਾਬ ਨੂੰ ਮੈਨੂੰ ਇਹ ਕਸੀਦਾ ਬਹੁਤ ਪਸੰਦ ਹੈ ਕੋਈ ਐਸੇ ਕਸੀਦੇ ਹੁੰਦੇ ਨੇ ਜਿਹੜੇ ਹੱਸਦਾ ਬਹਾਰ ਬਹੁਤ ਪਿਆਰਾ ਕਸੀਦਾ ਹੈ ਮੌਲਾ ਤੁਹਾਡੀ ਜ਼ਿੰਦਗੀ ਕਰੇ ਸ਼ਾਲਾ ਬਸੋ ਐ ਹਈਆ ਬਾਟਤਾ ਹੈ ਸ਼ਫਾ ਬਾਟਤਾ ਹੈ ਖੁਦਾ ਕੀ ਰਜ਼ਾ ਹੈ ਰਜ਼ਾ ਬਾਟਤਾ ਸਦਕੇ ਜਾ ਜ਼ਿੰਦਗੀ ਹੋ ਹਯਾਤੀ ਹਯਾ ਬਾਟਦਾ ਹੈ ਸਦਾ ਬਾਟਦਾ ਹੈ ਖੁਦਾ ਕੀ ਰਜ਼ਾ ਹੈ ਰਜ਼ਾ ਬਾਟਦਾ ਹੈ ਹਯਾ ਬਾਟਦਾ ਸ਼ਾਲਾ ਵਸੋ ਪਾਏ ਸਦਾ ਸ਼ਾਲਾ ਵੇਲੇ ਵਸਦੇ ਹੋ ਯਾਰ ਖੁਦਾ ਕੀ ਰਜ਼ਾ ਹੈ ਜਿੱਥੇ ਜਿੱਥੇ ਬੈਠੇ ਬਾਟਦਾ ਹੈ ਸ਼ਫਾ ਬਾਟਦਾ ਹੈ ਖੁਦਾ ਸਮਾਨਾ ਹੈ ਕਹਿਤਾ ਖੁਦਾ ਬਾਟਦਾ ਕੀ ਬਾਤ ਹੈ ਜਨਾਬ ਸ਼ੇਰ ਵੇਖ ਲੋ ਤਾਂ ਕਰਨਾ ਹਯਾਤੀ ਹੋ ਇੱਕ ਸਾਰੇ ਪੜੋ ਸਲ ਬਿਸਮਿਲਲਾ ਕਰਾ ਜੀ ਉਹ ਭਾਈ ਰਾਹ ਦੀ ਵੇ ਮੌਲਾ ਦਾ ਜ਼ਾਕਿਰ ਹੈ ਬਹੁਤ ਪਿਆਰਾ ਜਨਾਬ ਨਵੀਦ ਆਸ਼ਿਕ ਨਹੀਂ ਵੀ ਇਹ ਦੋਵੇਂ ਵੱਧੋ ਨਹੀਂ ਨਾ ਆਓ ਜਨਾਬ ਭਾਈ ਜਾਨ ਬਿਸਮਿਲ ਖੈਰ ਬਾਬਾ ਜੀ ਉਹ ਭਾਈ ਮੈਂ ਨੌਕਾ ਤਵੱਜੋ ਹੈ ਜਨਾਬ ਆ ਗਏ ਉਹ ਭਾਈ ਬਸ ਐਕ ਜਨਾਬ ਇੱਕ ਦੋ ਕਸੀ ਦੇ ਤੁਹਾਨੂੰ ਹਾਜ਼ਰੀ ਪੈ ਟਾਈਮ ਪੈ ਦੇਣੇ ਆ ਜੀ ਅਰਦ ਪਿਆ ਕਰਦਾ ਹਈਆ ਬਾਟਦਾ ਜ਼ਮਾਨਾ ਹੈ ਕਹਿਤਾ ਖੁਦਾ ਬਾਟਦਾ ਹੈ ਜੀ ਉਹ ਭਾਈ ਤਸ਼ਰੀਹ ਨਹੀਂ ਜਸ਼ਨ ਹਰ ਬੰਦੇ ਦਾ ਵਾਸੀ ਨਹੀਂ ਹਾਂ ਜਸ਼ਨ ਪੜ੍ਹਨਾ ਵੀ ਔਖਾ ਹੈ ਛੁੜਨਾ ਹੀ ਔਖਾ ਹੈ ਜਸ਼ਨ 'ਚ ਤੇਜ਼ੀ ਆਉਂਦਾ ਹੈ
ਜਸ਼ਨ ਚ ਗਰਮੀ ਆਉਂਦੀ ਹੈ, ਜਸ਼ਨ ਚ ਜੋਸ਼ ਆਉਂਦਾ ਹੈ। ਜਿਹੜੇ ਬੰਦੇ ਹੁਣ ਜਿਹੜੇ ਤਲੀਆਂ ਟੇਕੀ ਬੈਠੇ ਨੇ, ਨਹੀਂ ਨਾ ਸੁਣੂ, ਹੁਣ ਮੈਂ ਸ਼ੇਰ ਪੜ੍ਹਨਾ ਹੈ। ਮੈਨੂੰ ਇਸ ਅੱਜ ਰਾਤ ਦੀ ਕਸਮ, ਇਸ ਮਿੰਬਰ 'ਤੇ ਹੱਥ ਰੱਖ ਕੇ ਪਿਆ ਦਾ, ਜਿਸ ਜ਼ਾਕਿਰ ਨੇ ਲਿਖਿਆ ਮੈਂ ਉਹਨਾਂ ਨੂੰ ਤਾਸੀਰਾਂ ਦੇਵੇ, ਕਮਾਲ ਦਾ ਸ਼ੇਰ ਲਿਖਿਆ ਇਸ, ਬਾਂਟਤਾ ਹੈ ਬਾਂਟਤਾ ਹੈ ਤਕਸੀਮ ਕਰੇਂਦਾ ਹੈ। ਮੌਲਾ ਕੀ ਸ਼ਾਇਦ ਤਕਸੀਮ ਕਰੇਦਾ ਹੈ, ਕਿਹੜੀ ਸ਼ਾਇਦ ਵੰਡੇਂਦਾ ਹੈ? ਸ਼ੇਰ ਸੁਣਨਾ ਹੈ, ਤਵੱਜੋ ਅਰਦ। ਉਹ ਮੇਰਾ ਪੋਤਰ ਕੋਈ ਖਲੋ ਰਹਾ ਹੋ, ਤੂੰ ਤਾਂ ਫੁੱਲਾਂ 'ਚ ਰੁੱਝ ਗਈ, ਉਹ ਮੇਰਾ ਤਾਂ ਮਿਸਰਾ ਬਣੀ ਗਿਆ। ਬਸ ਠਹਿਰ, ਇੱਕ ਇਹਨਾਂ ਨੂੰ ਸਮਝਾਇਆ, ਬਸ ਜੇ ਮਿਸਰਾ ਮੁੱਕ ਬੰਜੇ ਮੁੜ ਫੁੱਲ ਸੱਟਿਆ। ਸ਼ੇਰ ਪਿਆ ਪੜਦਾ, ਤਵੱਜੋ ਅਰਦ ਪਿਆ ਕਰਦਾ, ਕਿਆ ਬਾਤ ਹੈ ਜੀ। ਬਿਸਮਿਲ੍ਲਾ, ਮੌਲਾ ਤੇਰੀ ਜ਼ਿੰਦਗੀ ਕਰ ਹਯਾਤੀ ਹੋ ਵੀ ਜ਼ਿੰਦਗੀ ਹੋ ਵੀ ਕਿੱਥੋਂ, ਇਸ ਤੋਂ ਵੱਡੀਆਂ ਗੱਲਾਂ ਤਾਂ ਕੋਈ ਨਹੀਂ ਆਉਣੀਆਂ ਹੈ। ਹਰ ਦੋ ਪਿਆ ਕਰਦਾ ਖੁਰਾਸਾਨ ਮੇ ਕਰ ਬਲਾ ਬਾਟਤਾ ਹੈ। ਬਿਸਮਿਲ੍ਲਾ ਜੀ, ਹਾਂ ਠੀਕ ਹੈ ਜੀ। ਸਾਰੇ ਬੈਠੇ ਬੁਲੈਂਦੇ ਨੇ, ਤੇ ਜਿਹੜਾ ਸਾਹ ਤੂੰ ਮਜਲਸਾਂ ਪੜਾਈਂਦਾ ਤੇ ਸਾਂ ਵਾਗ ਵਹੀ ਨਹੀਂ, ਉਹ ਹਲਿਆ ਹੀ ਨਹੀਂ। ਆ ਕੁਝ ਸਾਡੀ ਖਿਦਮਤ ਹੀ ਕੀਤੀ ਨਾ ਬਾਬ, ਬੋਲਾ ਜ਼ਿੰਦਗੀ ਕਰਨੇ ਤਸ਼ਰੀਹ ਨਹੀਂ। ਸ਼ੇਰ ਪਿਆ ਪੜਦਾ, ਹੁਣ ਮੈਂ ਚਿਹਰੇ ਪਿਆ ਵੇਨਾ, ਅੱਲਾ ਤੁਹਾਨੂੰ ਜ਼ਿੰਦਗੀਆਂ ਦੇਵੇ ਤੇ ਖੁਸ਼ੀਆਂ ਵੇ। ਸ਼ੇਰ ਸੁਣਨਾ ਹੈ, ਤਸ਼ਰੀਹ ਨਹੀਂ, ਜਿੱਥੇ ਜਿੱਥੇ ਬੈਠੇ ਹੋ ਅਰਦ ਪਿਆ ਕਰਦਾ, ਅੱਲਾ ਜ਼ਮੀਨ ਹੈ ਖੁਦਾ ਘਰ ਕਹੀ ਹੈ ਤੋ ਫਿਰ ਵੋ ਯਹੀ ਹੈ। ਕਿਆ ਬਾਤ ਹੈ, ਸ਼ਾਲਾ ਵਸੋ ਹੈ, ਸ਼ਾਲਾ ਵਸੋ ਹੈ। ਜ਼ਿੰਦਗੀ ਹੋਵੇ ਬਾਈ ਜੀ, ਹੋ ਪਾਏ ਇਹ ਬਾਈ ਆ ਟਾਫੀਆਂ ਲੈ, ਇੱਕ ਵਾਰੀ ਸਟੇਂਦਾ ਕਿਉਂ ਉਹਨੂੰ ਹੈ ਜੇ ਤੂੰ ਛੁੜਾ। ਮੈਂ ਨੌਕਰ, ਮੈਂ ਕੋਈ ਲਾਂਦਾ ਪੀਆਂ ਸੌਕਾ, ਇਹ ਪਹਿਲੀ ਨਹੀਂ ਆ ਜੇ ਮੈਂ ਡਿੱਜੀ ਹੈ, ਜਿਹੜੀ ਉਹ ਸਖਤ ਹੁੰਦੀ ਹੈ। ਅੱਲਾ ਜੰਨਤ ਜਾ ਦੇਵੇ ਸਾਈਂ ਮਨਜ਼ੂਰ ਹੁਸੈਨ ਸ਼ੇਖੂਪੁਰੇ ਵਾਲੇ, ਅੱਲਾ ਜਨਤਾ ਜਾ ਦੇਵੇ। ਕਿਹੜੇ ਜ਼ਾਕਿਰ ਟੁਰ ਗਏ, ਇੱਕ ਬੰਦਾ ਆਇਆ ਤੇ ਉਹਦੇ ਕੋਲੋਂ ਗਨੇਰੀਆਂ ਹੈ, ਵੱਡਾ ਸਾਰਾ ਛਾਪਰ ਗਨੇਰੀਆਂ ਦਾ ਲੈ ਕੇ ਆ। ਉਸ ਆਖਿਆ ਸਾਈਂ ਜ਼ਾਕਿਰ ਸਾਹਿਬ ਇਹ ਨਿਆਜ਼ ਹੈ, ਐਲਾਨ ਕਰੋ, ਇਹ ਨਿਆਜ਼ ਹੈ, ਐਲਾਨ ਕਰੋ। ਸਾਈਂ ਮਨਜ਼ੂਰ ਆਖਿਆ ਮੋਮਨਾਓ ਇੱਕ ਐਲਾਨ ਸੁਣੋ, ਮਜਲਿਸ ਤੋਂ ਬਾਅਦ ਇਹ ਨਿਆਜ਼ ਚੂਪ ਕੇ ਬਣਿਆ। ਕੀ ਆਖਿਆ ਜੀ, ਤੁਹਾਡੀ ਜ਼ਿੰਦਗੀ ਹੋਵੇ ਅਰਦ ਪਿਆ ਕਰਦਾ, ਬਿਸਮਿਲ੍ਲਾ ਖੁਦਾ ਘਰ ਕਹੀ ਹੈ
ਤੇਰਾ ਅੱਠਵਾਂ ਬਾਦਸ਼ਾਹ ਬਾਟਦਾ ਹੈ। بسم اللہ پڑھیے قصیدہ جڑے دل وچ علی مولا ਜ਼ਾਕਰੀ ਰੰਗ ਹੁੰਦੇ ਜ਼ਾਕਰੀ ਖਰਾਏ ਤੇ ਅਲੀ ਅਲੀ ਯਾਲੀ ਸ਼ਾਲਾ ਜੋੜੀ ਜੀ ਉਹ ਛੋਰਾ ਖਾਏ ਰਹੀ ਮੈਂ ਪਤਾ ਨਹੀਂ ਕੀ ਮੈਂ ਤੈਨੂੰ ਲੈ ਲੈ ਤੇ ਮੈਂ ਇੱਧਰ ਵੇਖ ਯਾਲੀ ਅਲੀ ਭਲਾ ਹੋਵੇ ਜੀ ਉਹ ਭਾਈ ਜਿਹੜੇ ਦਿਲ ਵਿੱਚ ਅਲੀ ਮੌਲਾ ਤੇਰੀ ਤਾਗਰ ਬਿਲਾ ਕੋਈ ਨਹੀਂ ਜਿਹੜੇ ਦਿਲ ਵਿੱਚ ਅਲੀ ਮੌਲਾ ਤੇਰੀ ਤਾਗਰ ਬਿਲਾ ਕੋਈ ਨਹੀਂ ਜਿਹੜਾ ਮੌਲਾ ਦੀ ਆਮਦ ਖੁਸ਼ ਨਹੀਂ ਹੁੰਦਾ ਸ਼ਾਲਾ ਕਦੀ ਨਾ ਹੋਵੇ ਹੁਣ ਤਾਂ ਠੀਕ ਹੈ ਰੱਜ ਗਏ ਹੋ ਹਲਾਲੀ ਮਵਾਲੀ ਮਿਲ ਕੇ ਹਾਦਾਰੀ ਅਲੀ ਮੌਲਾ ਤੇਰੀ ਤਾਹੇ ਮਿਲਾ ਕੋਈ ਯਾਰੀ ਅਲੀ 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 ਜਿਹੜੇ ਬਜ਼ੁਰਗ ਬੈਠੇ ਹੋ ਜਵਾਨ ਬੈਠੇ ਹੋ ਦਿਲ ਮੈਲਾ ਹੈ ਉਸ ਦਿਲ ਵਿੱਚ ਉਹ ਦਿਲ ਮੈਲਾ ਹੈ ਉਸ ਦਿਲ ਵਿੱਚ ਸ਼ਰਮ ਕੋਈ ਨਹੀਂ ਹਈਆ ਕੋਈ ਨਹੀਂ ਬੋਲ ਪਾਓ ਮੇਰੀਆਂ ਸੋਚਾਂ ਤੋਂ ਢੇਰ ਤਸ਼ਰੀ ਨਹੀਂ ਸ਼ੇਰ ਪਿਆ ਪੜਦਾ ਇਹ ਮਨ ਕਹਿਨੂੰ ਮਸਰਾ ਮੇਰਾ ਮੇਰੀ ਗੱਲ ਨਾ ਟਾਲੀ ਮਨ ਕਹਿਨੂੰ ਮੇਰਾ ਜੀਵਨੀ ਗੱਲ ਨਾ ਟਾਲੀ ਸਖੀ ਹੈ ਦਰ ਦਸੀਨੇ ਵਿੱਚ ਕਟਾਂਗੀ ਬੋਝ ਨਾ ਪਾਲ ਐਸਾ ਮਰਜ਼ੀ ਜਾਂਦਾ ਐਸਾ ਮਰਜ਼ੀ ਜਾਂਦਾ ਦਵਾ ਕੋਈ ਨਹੀਂ ਸ਼ਫਾ ਕੋਈ ਨਹੀਂ
आती होगी। हयाती हो जिंदगी हो जवानियां मानो बहुत बड़ा शेर जिस वास्ते कसीदा पढ़िया है तशरी नहीं मातमिया का मजमे मलंगा का मजमे जशन च मवाली मलंगा दे मेरा जेड़े मसीत आले ना वो इधे थोड़ा होंगे इधे माता माले शेर पढ़ना है ते हाथ बन के तशरी नहीं अर्द प्या करदा अगर इमरान दे चंदी तेरे दिल विच मबादत नहीं क्या बात है अगर इमरान इबादत नहीं नमाज भाग पढ़ लगा नमाज भाग पढ़ लगा होंदी एक भी अदा कोई नहीं मलंगा उठी मार जशा शाला मौला हर नू खुशियां मौला बानिया नू मेरे अजीजा नू खुशियां मौला रजा बादशाह दा सदका हर दे वेड़े वस पे मौला तेरे मातमी हैं ते खुश बैठे इन्हों जशन प्या सुनवाना ते बुठड़ा बंदा पुराना नौकरा इतना जोर पूरा साल मैं कदा ही लाया ही नहीं जितना आज लाई खलोता पूछो क्यों आज है खुशी पुत्र जमें ते खुशियां करिए ते मौला काजम ते घर खुशी होवे ते खुशी न मनावा बात मैं कोई नमक हराम हाँ मलंगा उठी मार नारा हैदरी मलंगा उठी मार 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 जवानिया माने जिंदगी होवी मलंगा उठी मार मैते भावे फतवेला मैते भावे फेसबुक भर छोड़ आज है मौला दी खुशी ते खुशियां ते धमाला होंदियां ना मैंने एक बंदे आके फरीद किया एक कैसी खुशी है जुमरी मरे दिन मैं आके कूड़िया जुमरी कंजर मरे दिन मलंग धमाला मरे दिन जुमे ते धमाल च फर्क है जिंदगी होवी मैं लंगा उठी मार नारा है सीधा करे जिंदगी होवी मैं खजी ते चलिया खला अज मजा मौला दी खुशी है
میں او چہرے ویکھنے جڑے اج خوشی نہیں منائیں دے تے او تے میں باہر لب کے آکھنا اے ہی نے جڑا رضا دی آمد خوش نے پیا ہوندا شیر چلی آیا ایک لجپال سخی آیا رب دا آیا ملنگا مار مارنا رید ملنگا مارنا رہدری ملنگا مار مارنا رہدری ملنگا نہیں تو میں بار بے ماں شکوا پیا کرے نا مار نارا حیدری ملنگا اٹھی مار مار نارا جی بٹھڑیا زندگی ہو بھی بزرگ بابا پوتر جیونی زندگی ہو بھی شیر چلی آیا ایک لجپال سخی آیا جگتے شیر چلی آیا ایک لجپال سخی آیا رب دا پاک ولی آیا کعبے چ پیر علی آیا ملنگا اٹھی مار مار نارا حیدری ملنگا اٹھی مار مار نارا حیدری ملنگا اٹھی مار مار نارا حیدری ملنگا اٹھی مار تھک تو نہیں گئے زندگی ہوے حیاتی ہو تشریح نہیں شیر پیا پڑھتا تے بندے پیا وے نا جڑے بندے عید والے دے لوندیاں دے پوتر نوں دار روپیے نہیں دے مینو داد کدا دین دین تائی تو میں پیا دا تیرا رجب تے بس پیا کعبا آیا گے حسنین دبا کیا بات ہے او یار کیا بات ہے تیرا رجب تے عمران دی عزت ودا سال دے بعد رات جی آئی ملنگا اٹھی مار مار نارا حیدری 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 ملنگا اٹھی مار جیو ملنگا اٹھی مار مار نارا حیدری خوش بیٹھے ہو جس شیر واسطے محنت کی تھی ہے حافظ عاشق کیمبل پور والا اللہ جنت جا دے میں بڑا پڑھیا ہے انہوں نے کہا کیا تم بٹھڑا ہو گیا ہے اس نے کیا چپ تیرے پیر بٹھڑے ملنگ بابا بٹھڑا ہو جیندا عقیدہ بٹھڑا جیندا عقیدہ جوان او بٹھڑا سلیمان سلیمان بٹھڑا آئی
ਨਹੀਂ ਨਾ, ਤਾਂ ਹੀ ਤਾਂ ਮੈਂ ਪਿਆ ਦਾ ਸ਼ੇਰ ਪਿਆ ਪੜਦਾ, ਨਿਆਦੇ ਮੌਲਾ ਵੇਖਣਾ ਮੇਰੇ ਪਾਸੇ, ਜਿਹੜੇ ਚੁੱਪ ਬੈਠੋ ਤੁਹਾਨੂੰ ਚੁੱਪ ਦਾ ਵਾਸਤਾ ਹੈ, ਚੁੱਪ ਕਰਕੇ ਸ਼ੇਰ ਸੁਣਿਆ ਹੈ, ਅਰਦ ਪਿਆ ਕਰਦਾ ਸਾਇਨ ਦੀ ਆਮਦ ਵੇਖ ਕੇ ਹਟ ਗਈ ਹਸਨੀ ਕੱਠ ਕਾ ਆਪੇ ਦੀ ਫਟ ਗਈ। ਸਦਕੇ ਜਾਵਾਂ ਤੇਰੀ ਇੱਜ਼ਤ ਸਦਕੇ ਜਾਵਾਂ, ਸਾਇਨ ਦੀ ਆਮਦ ਵੇਖ ਕੇ ਹਟ ਗਈ ਹਸਨੀ ਕੱਠ ਕਾ ਮਲੰਗਾ ਉੱਠੀ ਮਾਰ ਮਾਰ ਨਾਰਾ ਹੈਦਰੀ, ਮਲੰਗਾ ਉੱਠੀ ਮਾਰ ਮਾਰ ਨਾਰਾ ਹੈਦਰੀ, ਮਲੰਗਾ ਉੱਠੀ ਮਾਰ। ਖੁਸ਼ ਬੈਠੇ ਹੋ, ਨਾ ਬੂਜ਼ਰ ਹੋ ਨਾ ਕੰਬਰ ਹੋ ਨਾ ਸੁਲਕਰ ਨੈਨ ਸਿਕੰਦਰ, ਨਾ ਬੂਜ਼ਰ ਹੋ ਨਾ ਕੰਬਰ ਹੋ, ਅੱਜ ਖੁਸ਼ੀ ਹੈ ਨਾ, ਬੂਜ਼ਰ ਹੋ ਨਾ ਕੰਬਰ ਹੋ ਨਾ ਸੁਲਕਰ ਨੈਨ ਸਿਕੰਦਰ, ਨਾ ਬੂਜ਼ਰ ਹੋ ਨਾ ਕੰਬਰ ਹੋ ਨਾ ਸੁਲਕਰ ਨੈਨ ਸਿਕੰਦਰ। ਜੀਓ ਜੀਓ ਪਏ ਜ਼ੁਲਕਰ ਨੈਨ ਸਿਕੰਦਰ, ਨਾ ਜ਼ਰ ਨਕ ਬਰ ਨਾ 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 ਜ਼ੁਲਕਰ ਨੈਨ ਸਿਕੰਦਰ, ਨਾ ਜ਼ਰ ਨਕ ਬਰ। ਖੈਰਾਤ ਅਲੀ ਕੇ ਦਸ ਬਸ ਮੈਂ ਸ਼ਾਬਾਜ਼ ਕਲੰਦਰ ਹੂੰ, ਅਗਲੇ ਪਿਛਲੇ